ਲਗਾਤਾਰ ਕਲਾਕਾਰ ਰਾਜਨੀਤੀ ਦੇ ਵਿੱਚ ਆ ਰਹੇ ਨੇ ਤਾਂ ਸੰਗਰੂਰ ਤੋਂ ਪੁਰਾਣੇ ਅਤੇ ਸਾਹਿਤ ਦੇ ਵਧੀਆ ਕਲਾਕਾਰ ਹਾਕਮ ਬਖਤਰੀ ਵਾਲਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਰਾਜਨੀਤੀ ਵੱਲ ਕਦਮ ਵਧਾ ਰਹੇ ਨੇ ਅੱਜ ਨਾਮੀਨੇਸ਼ਨ ਫਾਈਲ ਕਰਨ ਆਏ ਨੇ ਬਖਤਰੀਆ ਸਾਹਿਬ ਜੀ ਕਿਵੇਂ ਦੇਖਦੇ ਹੋ ਤੁਸੀਂ ਰਾਜਨੀਤੀ ਦੇ ਵਿੱਚ ਪੈਰ ਰੱਖਿਆ ਤਾਂ ਸੰਗਰੂਰ ਦੇ ਵਿੱਚ ਤੁਸੀਂ ਪਹੁੰਚੇ ਤੇ ਨਾਮੀਨੇਸ਼ਨ ਫਾਈਲ ਕਰਨ ਆਏ ਹੋ ਅੱਜ ਬਿਲਕੁਲ ਜੀ ਬਿਲਕੁਲ ਮੇਰਾ ਹੈ ਪੇਕਾ ਪਿੰਡ ਹੈ ਜੀ ਮੇਰਾ ਜ਼ਿਲ੍ਹਾ ਮੇਰਾ ਆਪਣਾ ਘਰ ਹੈ ਪੰਜਾਬ ਮੇਰਾ ਪਰਿਵਾਰ ਹੈ ਸੰਗਰੂਰ ਮੇਰਾ ਘਰ ਹੈ ਇਸ ਗੱਲ ਕਰਕੇ ਜਿਹੜਾ ਪਹਿਲਾ ਕਦਮ ਮੈਂ ਰਾਜਨੀਤੀ ਦੇ ਖੇਤਰ ਦੇ ਵਿੱਚੋਂ ਸੀ ਸੰਗਰੂਰ ਲੋਕ ਸਭਾ ਲੋਕ ਸਭਾ ਹਲਕੇ ਤੋਂ ਜਾਦੂ ਉਮੀਦਵਾਰ ਅੱਜ ਕਾਗਜ਼ਾਤ ਦਾਖਲ ਕਰਾਂਗੇ ਤੇ ਠਾਠਾ ਮਾਰਦਾ ਪਬਲਿਕ ਦਾ ਇਕੱਠ ਮੇਰੇ ਸਰੋਤਿਆਂ ਦਾ ਮੇਰੇ ਭੈਣ ਭਰਾਵਾਂ ਦਾ ਪਿਆਰ ਤੁਸੀਂ ਦੇਖ ਹੀ ਰਹੇ ਹੋ ਮੀਡੀਆ ਵਾਲੇ ਮੀਡੀਆ ਦੇ ਅੱਖ ਕਹਿੰਦੇ ਇੱਲ ਨਾਲੋਂ ਵੀ ਤੇਜ਼ ਹੁੰਦੀ ਹੈ ਤੁਹਾਨੂੰ ਸਭ ਨੂੰ ਨਜ਼ਰ ਆਉਂਦਾ ਸੋ ਬਹੁਤ ਮਾਣ ਹੈ ਤੇ ਬੜਾ ਸਤਿਕਾਰ ਸੋਚਦੇ ਆ ਕਿ ਹਰ ਮਸਲੇ ਦੇ ਉੱਤੇ ਗੌਰ ਨਾਲ ਬੋਲਾਂਗੇ ਇਹ ਬੋਲਿਆਂ ਦਾ ਸ਼ਹਿਰ ਹੈ ਇੱਥੇ ਜ਼ੋਰ ਨਾਲ ਬੋਲਾਂਗੇ ਤੁਸੀਂ ਦੇਖਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਔਰ ਮੈਂ ਜਿੱਥੋਂ ਤੱਕ ਮੈਂ ਸਮਝਦਾ ਕਿ ਸੰਗਰੂਰ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੈਂਟਰ ਦੇ ਵਿੱਚ ਕੋਈ ਨਾ ਕੋਈ ਪੰਜਾਬ ਦੀ ਨੁਮਾਇੰਦਗੀ ਕਰਦਾ ਨਜ਼ਰ ਆਊਗਾ ਸੰਗਰੂਰ ਤਾਂ ਪਹਿਲਾਂ ਹੀ ਮਸ਼ਹੂਰ ਆ ਤੁਹਾਡੇ ਪੰਜਾਬੀ ਕਲਾਕਾਰ ਭਗਵੰਤਮਾਨ ਜੀ ਉਹ ਰਾਜਨੀਤੀ 'ਚ ਆਇਆ ਸੀ ਮੁੱਖ ਮੰਤਰੀ ਨੇ ਹੁਣ ਪੰਜਾਬ ਦੇ ਤੁਸੀਂ ਵੀ ਕਲਾਕਾਰ ਦੇ ਵਿੱਚ ਕਾਫੀ ਉਹਨਾਂ ਦੇ ਨਾਲ ਕੰਮ ਕੀਤਾ ਤਾਂ ਕਿਸ ਤਰੀਕੇ ਨਾਲ ਲੱਗਦਾ ਗੱਲਬਾਤ ਕੀਤੀ ਕਿਉਂਕਿ ਅਗਰ ਆਪਾਂ ਰਾਜਨੀਤੀ ਚੌਣਾ ਤਾਂ ਸ਼ਾਇਦ ਇਕੱਠੀ ਹੋ ਕੇ ਵੀ ਹੋ ਸਕਦੇ ਹੋ ਜਾਂ ਅਲੱਗ ਕਿਸੇ ਹੋਰ ਪਲੇਟਫਾਰਮ ਤੋਂ ਨਹੀਂ ਦੇਖੋ ਇਸ ਵੇਲੇ ਤਾਂ ਜਿਹੜਾ ਸਾਡੇ ਇਸ ਵੇਲੇ ਅਸੀਂ ਜਿਹੜਾ ਚੱਲ ਰਹੇ ਆ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਾਗਜ਼ ਦਾਖਲ ਕਰ ਰਹੇ ਹਾਂ ਬਾਕੀ ਰਾਜਨੀਤੀ ਦੇ ਵਿੱਚ ਸਾਰੀਆਂ ਆਪਸ਼ਨਾਂ ਖੁੱਲੀਆਂ ਰਹਿੰਦੀਆਂ ਅੰਦਰਵਾਜ਼ੇ ਖੁੱਲੇ ਰੱਖਣੇ ਚਾਹੀਦੇ ਆ ਪਤਾ ਨਹੀਂ ਕਿਹੜੇ ਸੱਜਣ ਨਾਲ ਕਦੋਂ ਤੁਰਨਾ ਪੈ ਜਾਈਏ ਕੋਈ ਵੱਡੀ ਗੱਲ ਨਹੀਂ ਹੈ ਉਹ ਵੀ ਸਾਡੇ ਅਜ਼ੀਜ਼ ਨੇ ਮੇਰੇ ਅਜ਼ੀਜ਼ ਹੈ ਮੇਰੇ ਛੋਟੇ ਭਰਾ ਮੇਰੇ ਨਾਲ ਕੰਮ ਕੀਤਾ ਸੋ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਪਰ ਫਿਲਹਾਲ ਹੈ ਜਿਹੜਾ ਲੋਕ ਸਭਾ ਹਲਕਾ ਇਤਕੀ ਪਹਿਲੀ ਵਾਰ ਅਸੀਂ ਆ ਕਲਾਕਾਰ ਅਨਮੋਲ ਜੀ ਵੀ ਇਸ ਵਾਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਐਲਾਨੇ ਗਏ ਨੇ ਤਾਂ ਤੁਸੀਂ ਪਾਰਟੀ ਨਾਲ ਗੱਲਬਾਤ ਕੀਤੀ ਪਹਿਲਾਂ ਭਗਵੰਤ ਮਾਨ ਸਾਹਿਬ ਨਾਲ ਜਿਵੇਂ ਤੁਹਾਡੇ ਤੱਕ ਕਾਫੀ ਨਜ਼ਦੀਕੀ ਨੇ ਉਹ ਵੀ ਅਗਰ ਪਾਰਟੀ ਇਸ ਵਿਸ਼ੇ ਤੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਪਹਿਲਾਂ ਸਾਡਾ ਕੋਈ ਇਹ ਜਹਰਾਦਾ ਵੀ ਨਹੀਂ ਸੀਗਾ 1 ਲੱਖ 50 ਦੇ ਲੋਕਾਂ ਨੇ ਹਤੈਸ਼ੀਆਂ ਨੇ ਸੱਜਣਾ ਮਿੱਤਰਾਂ ਨੇ ਪੰਜਾਬ ਚ ਕਲਾਕਾਰਾਂ ਦੀ ਸਰਕਾਰ ਬਣਦੀ ਦੇ ਦੇਖ ਕੇ ਮੇਰੀ ਇਮਾਨਦਾਰੀ ਮੇਰੀ ਨੀਕ ਨੀਤੀ ਮੇਰੀ ਨਿਮਰਤਾ ਨੂੰ ਦੇਖ ਕੇ ਮੇਰੇ ਸਰੋਤਿਆਂ ਨੇ ਮੇਰੇ ਭੈਣ ਭਰਾਵਾਂ ਨੇ ਅਗਾਹ ਕੀਤਾ ਔਰ ਜੋਰ ਲਾਇਆ ਕਿ ਤੁਸੀਂ ਰਾਜਨੀਤੀ ਦੇ ਖੇਤਰ ਚੋਂ ਮੇਰੀ ਪਾਰਟੀ ਕਿਸੇ ਨਾਲ ਕੋਈ ਗੱਲ ਆਪਣੇ ਤੌਰ ਤੇ ਨਹੀਂ ਚੱਲੀ ਫਿਲਹਾਲ ਇਹ ਸੱਚ ਹੈ ਤੇ ਇਸੇ ਕਰਕੇ ਅਸੀਂ ਸੋਚਿਆ ਵੀ ਪਹਿਲਾਂ ਆਜ਼ਾਦ ਉਮੀਦਵਾਰ ਆਪਣਾ ਪਿਆਰ ਪਰਖਦੇ ਆਂ ਆਪਣਾ ਤਾਂ ਕਿ ਦੇਖਦੇ ਆਂ ਸਾਡੇ ਪਿਆਰ ਦੀ ਤਾਕਤ ਕਿੰਨੀ ਕ ਹੈ ਤੁਹਾਨੂੰ ਲੱਗਿਆ ਵੀ ਹਾਂ ਕਲਾਕਾਰ ਨੂੰ ਲੋਕ ਚਾਹੁੰਦੇ ਨੇ ਜਿਵੇਂ ਭਗਵੰਤ ਮਾਨ ਸਾਹਿਬ ਨੂੰ ਚਾਹੇ ਇਸ ਤੋਂ ਵੱਧ ਕੀ ਚਾਹਣਗੇ ਜੀ ਪੰਜਾਬ ਵਿੱਚ ਸਰਕਾਰ ਬਣਾਈ ਬੈਠੇ ਕਲਾਕਾਰ ਆ ਇਸ ਵੇਲੇ ਪੰਜਾਬ ਦੀਆਂ ਲੋਕ ਸਭਾ ਦੇ ਵਿੱਚ ਵੀ ਕਿੰਨੇ ਕਲਾਕਾਰ ਕਿਸਮਤ ਜਮਾਈ ਕਰ ਰਹੇ ਹੋ ਤੁਸੀਂ ਦੇਖ ਰਹੇ ਹੋ ਔਰ ਵਾਕਈ ਜੇ ਆਪਣੇ ਸੋਹਰਦਤਾ ਨਾਲ ਨੇਕ ਨੀਤੀ ਨਾਲ ਕਲਾਕਾਰ ਕਲਾਕਾਰ ਇਜ਼ ਪਬਲਿਕ ਪ੍ਰੋਪਰਟੀ ਕਲਾਕਾਰ ਵੈਸੇ ਪਬਲਿਕ ਦੀ ਪ੍ਰੋਪਰਟੀ ਹੁੰਦਾ ਹੈ ਜੇ ਇਮਾਨਦਾਰੀ ਨਾਲ ਲੋਕਾਂ ਦਾ ਕੰਮ ਕੀਤਾ ਜਾਵੇ ਤੇ ਰਾਜਨੀਤੀ ਪੋਲੀਟੀਕਲ ਗੱਲਾਂ ਦਿਮਾਗ 'ਚ ਨਾ ਰੱਖਿਆਂ ਜਾਣ ਸੇਵਾ ਦਾ ਖੇਤਰ ਚੁਣ ਲਿਆ ਜਾਵੇ ਤਾਂ ਬਹੁਤ ਵੱਡਾ ਬਦਲਾ ਕਰ ਸਕਦੇ ਹਾਂ ਜੀ ਗਰਮੀ ਜਿਵੇਂ ਜਿਵੇਂ ਵੱਧ ਰਹੀ ਔਮੇ ਸੰਗਰੂਰ ਦੀ ਪਿੰਡ ਦੀ ਗਰਮੀ ਵੀ ਵੱਧਦੀ ਜਾ ਰਹੀ ਆ ਉਹ ਵੱਡੇ ਵੱਡੇ ਜਿਹੜੇ ਨੇਤਾ ਨੇ ਸੰਗਰੂਰ ਹੌਟ ਸੀਟ ਪੂਰੀ ਬਣੀ ਭਾਰਵਿੰਦ ਖੰਨਾ ਜੀ ਆ ਗਏ ਭਗਵੰਤ ਮਾਨ ਸਾਹਿਬ ਦੀ ਇਹ ਇਲਾਕਾ ਜਿੱਥੋਂ ਮੀਤਹਿਰ ਖੜੇ ਨੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਅ ਦੁੱਜ ਖਹਿਰਾ ਸਾਹਿਬ ਨੇ ਤਾਂ ਮੁਕਾਬਲਾ ਕਿਵੇਂ ਲੱਗਦਾ ਵੀ ਤੁਸੀਂ ਕਲਾਕਾਰੀ ਤੋਂ ਬਾਅਦ ਰਾਜਨੀਤੀ ਦੇ ਵਿੱਚ ਅਗਰ ਐਂਟਰ ਹੋ ਰਹੇ ਹੋ ਤਾਂ ਇਹ ਸਾਰੇ ਨੂੰ ਦੇਖ ਕੇ ਐਂਟਰ ਹੋ ਰਹੇ ਹੋ ਵੀ ਇਹਨਾਂ ਦੇ ਨਾਲ ਲੜਾਈ ਲੜਨੀ ਪਊਗੀ ਦੇਖੋ ਜਿਹੜਾ ਜਦੋਂ ਲੜਾਈ 'ਚ ਉਤਰਦਿਆਂ ਕਦੇ ਵੀ ਕਮਜ਼ੋਰੀ ਨਾਲ ਨਹੀਂ ਉਤਰਦੇ ਹੁੰਦਾ ਜਦੋਂ ਤੁਸੀਂ ਮਾੜਾ ਖੇਤਰ ਚੁਣਦੇ ਇਹਦਾ ਮਤਲਬ ਹੈ ਤੁਸੀਂ ਮਾੜੇ ਹੋ ਪੰਜਾਬ ਦੇ ਸਭ ਤੋਂ ਹੌਟ ਸੀਟ ਨੂੰ ਹੱਥ ਕਿਸੇ ਗੱਲ ਕਰਕੇ ਪਾਇਆ ਹੈ ਹਮ ਵੀ ਦਰਿਆ ਹਾਂ ਹਮੇ ਆਪਣਾ ਹਨਰ ਮਾਲੂਮ ਹੈ ਹਮ ਵੀ ਦਰਿਆ ਹਾਂ ਹਮੇ ਆਪਣਾ ਹੁਨਰ ਮਾਲੂਮ ਹੈ ਜਿਸ ਤਰਫ ਵੀ ਚੱਲ ਪੜਾਂਗੇ ਰਾਸਤਾ ਹੋ ਜਾਏਗਾ ਤੁਸੀਂ ਦੇਖਿਓ ਇਹਨਾਂ ਪਾਵਰਾਂ ਦੇ ਵਿੱਚ ਅਸੀਂ ਪਿਆਰ ਨਾਲ ਕੀ ਕਰਦੇ ਹਾਕਮ ਸਾਹਿਬ ਫਿਰ ਕਿਹੜੇ ਮੁੱਦੇ ਲੈ ਕੇ ਆਏ ਨੇ ਸੰਗਰੂਰ ਦੇ ਲੋਕਾਂ ਦੇ ਲਈ ਵੀ ਸੰਗਰੂਰ ਦੇ ਲੋਕ ਤੁਹਾਨੂੰ ਬੋਡ ਪਾਉਣ ਪੰਜਾਬ ਦਾ ਮੁੱਦਾ ਹੱਲ ਕਿਹੜਾ ਹੋਇਆ ਪਿਛਲੀ ਪੌਣੀ ਸਦੀ ਤੋਂ ਤੁਸੀਂ ਦੇਖ ਲਓ ਮੇਰੇ ਨਾਲ ਵਾਲੇ ਦੁਆਲੇ ਖੜੀ ਜਿਹੜੀ ਪਬਲਿਕ ਹੈ ਜਿਹੜੇ ਸਰੋਤੇ ਨੇ ਮੇਰੇ ਭੈਣ ਭਰਾ ਨੇ ਜੇ ਤੁਹਾਡੇ ਸਵਾਲ ਨੂੰ ਮੈਂ ਇਹਨਾਂ ਦੇ ਚਰਨਾਂ 'ਚ ਕਰਾਂ ਬਈ ਕਸਮ ਖਾ ਕੇ ਦੱਸੋ ਸਾਰੇ ਸੱਜਣ ਮਿੱਤਰ ਤੁਸੀਂ ਪਿਛਲੇ 75 ਸਾਲ ਤੋਂ ਵੱਖ-ਵੱਖ ਸਰਕਾਰਾਂ ਚੁਣੀ ਐ ਵੱਖ-ਵੱਖ ਲੀ ਤੁਹਾਡੇ ਬੱਚਿਆਂ ਦਾ ਜੋ ਤੁਸੀਂ ਸੋਚ ਕੇ ਵੋਟਾਂ ਪਾਈ ਸੀ ਮਸਲਾ ਹੱਲ ਹੋ ਗਿਆ ਨਹੀਂ ਨਹੀਂ ਦੱਸੋ ਜੀ ਤੁਸੀਂ ਕਿਸ ਤਰੀਕੇ ਨਾਲ ਮਸਲਾ ਹੱਲ ਕਰੋਗੇ ਮੈਂ ਨਾਈ ਦੇ ਵਾਲਾ ਵਾਂਗੂ ਝੋਲੀ 'ਚ ਡਿੱਗਣੇ ਆਂ ਜੀ ਇਹ ਤਾਂ 4 ਦਿਨਾਂ ਦੀ ਗੱਲ ਹੈ ਤੁਸੀਂ 15 ਦਿਨ ਨਿਕਲਦੇ ਹੋ ਸਾਡੇ ਕੋਲ ਇਹ ਤਾਕਤ ਆਉਣ ਦਿਓ ਅਸੀਂ ਦੱਸਾਂਗੇ ਪਬਲਿਕ ਦੇ ਮੁੱਦੇ ਕੀ ਐ ਤੇ ਕਿਵੇਂ ਹੱਲ ਹੁੰਦੇ ਐ ਜਦੋਂ ਤੱਕ ਪਬਲਿਕ ਦੇ ਲੋਕ ਪਬਲਿਕ ਦੇ ਵਿੱਚ ਬਹਿ ਕੇ ਮੁੱਦੇ ਸਰਕਾਰਾਂ ਦੇ ਨਹੀਂ ਹੁੰਦੇ ਮੁੱਦੇ ਲੀਡਰਾਂ ਦੇ ਨਹੀਂ ਹੁੰਦੇ ਮੁੱਦੇ ਪਬਲਿਕ ਦੇ ਹੁੰਦੇ ਆ ਤਕਲੀਫ ਪਬਲਿਕ ਨੂੰ ਹੁੰਦੀ ਆ ਪਬਲਿਕ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੁਹਾਨੂੰ ਪਬਲਿਕ ਕੀ ਸੋਚ ਕੇ ਵੋਟਾਂ ਪਾਉਂਦੀ ਆ ਉਸ ਗੱਲ ਤੇ ਤਾਂ ਮੁੜ ਕੇ ਤਾਂ ਇਹ ਲੱਭਦੇ ਨਹੀਂ ਮੁੜ ਕੇ 25-25 ਬੋਡੀਗਾਰਡ ਤੇ ਐਡੀ ਡੇ ਸਿਕਉਰਟੀਆਂ ਲੈ ਕੇ ਬਹਿ ਜਾਂਦੇ ਅਗਲੇ ਨੂੰ ਗੱਲ ਨਹੀਂ ਕਰਨ ਦਿੰਦੇ ਪਿੰਡਾਂ 'ਚ ਤੱਕ ਵੀ ਜਾਂਦੇ ਆ ਤਾਂ ਉਹਨਾਂ ਦੇ ਜਿਹੜੇ ਅ ਅਗਲੇ ਹੁੰਦੇ ਥੜਲੇ ਦਾ ਲੀਡਰ ਆਪਣੇ ਆਪ ਨੂੰ ਕਹਿੰਦੇ ਕਬੀਗਾਨ ਉਹ ਤੁਸੀਂ ਨੋਟ ਕਰਦੇ ਹੋਣਾ ਤੁਸੀਂ ਪ੍ਰੈਸ ਵਾਲਿਆਂ ਵੀ ਉਹ ਲੀਡਰਾਂ ਤੱਕ ਪਹੁੰਚਣ ਦੇ ਦਿੰਦੇ ਨੇ ਤੇ ਮੁੱਦੇ ਹੱਲ ਕਿ ਮੇਰੇ ਮੁੱਦੇ ਚ ਇਹ ਨਸ਼ੇ ਦਾ ਜਿਹੇ ਗਰੀਬੀ ਦਾ ਹਰ ਇੱਕ ਦਾ ਹਾਲ ਤੁਸੀਂ ਸੰਸਦ ਚ ਲੈ ਕੇ ਜਾਓ ਮਹਾਰਾਜ ਕੱਲਾ ਨਸ਼ਾ ਤੇ ਬੇਰੋਜ਼ਗਾਰੀ ਨਹੀਂ ਇਹ ਬਹੁਤ ਕੁਝ ਹੈ ਮਹਿੰਗਾਈ ਹੈ ਔਰ ਸਭ ਤੋਂ ਵੱਡਾ ਜਿਹੜਾ ਮਸਲਾ ਇਸ ਵੇਲੇ ਪੰਜਾਬ ਦਾ ਖਤਰਨਾਕ ਹੈ ਵੀ ਪਾਣੀ ਸਾਡਾ ਗਰਕ ਹੋ ਗਿਆ 300 ਫੁੱਟ ਤੇ ਪਾਣੀ ਚਲਾ ਗਿਆ ਉਹ ਵੀ ਜ਼ਹਿਰ ਵਾਲਾ ਆਉਣ ਵਾਲੇ 10 ਸਾਲਾਂ ਬਾਅਦ ਇਹ ਬੰਜਰ ਹੋ ਜਾਊਗਾ ਇਹਦਾ ਕੌਣ ਜ਼ਿੰਮੇਵਾਰ ਹੈ ਕੌਣੇ ਮਸਲੇ ਉਠਾਊਗਾ ਸਾਰਾ ਪੰਜਾਬ ਪ੍ਰਵਾਸ ਕਰ ਗਿਆ 12700 ਪਿੰਡਾਂ ਚ ਤੁਸੀਂ ਜਾ ਕੇ ਦੇਖੋ ਬੁੜੇ ਬੈਠੇ ਆ ਤਾਸ਼ ਖੇਡਦੇ ਸੱਥਾਂ ਦੇ ਵਿੱਚ ਕੋਈ ਨੌਜਵਾਨ ਨਜ਼ਰ ਨਹੀਂ ਆ ਰਿਹਾ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸਾਰਾ ਪੰਜਾਬ ਪ੍ਰਵਾਸ ਕਰ ਗਿਆ ਕਿੱਥੇ ਖੜੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਹੋਣਗੇ ਕਿੱਥੇ ਪੰਜਾਬ ਦੇ ਵਿੱਚ ਪੰਜਾਬ ਬਚੂਗਾ ਕਿਸ ਤਰ੍ਹਾਂ ਮੁੱਦੇ ਕਿੱਡੇ ਕਿੱਡੇ ਐ ਮੁੱਦੇ ਤਾਂ ਬਹੁਤ ਨੇ ਲੱਕ ਤੋੜੀਆਂ ਮਹਿੰਗਾਈਆਂ ਨੇ ਕਿਸੇ ਦਾ ਕੋਈ ਸਰਕਾਰੀ ਸਣਵਾਈ ਕਿਤੇ ਨਹੀਂ ਕੋਈ ਕੋਈ ਸਿਹਤ ਦੀ ਸਹੂਲਤ ਨਹੀਂ ਕਿਤੇ ਨੂੰ ਕਹਿ ਕੇ ਸਿਰਫ ਗੱਲਾਂ ਲਫਾਫੇਵਾਜੀਆਂ ਕਰਦੀਆਂ ਸਰਕਾਰਾਂ ਸੋ ਅਸੀਂ ਬਹੁਤ ਕੁਛ ਦਿਮਾਗ ਚ ਰੱਖ ਕੇ ਚੱਲੇ ਹਾਂ ਇਲਾਕ ਤੋੜ ਮੀ ਮਹਿੰਗਾਈ ਦੇ ਵਿੱਚ ਜਿੱਥੇ ਲੋਕਾਂ ਨੂੰ ਰੋਟੀ ਖਾਣ ਦੀ ਯਤਰ ਹੋਈ ਪਈ ਹੈ ਬਾਕੀ ਦੇ ਮਸਲੇ ਤਾਂ ਬਹੁਤ ਤਰੇ ਤਰਾਏ ਪਏ ਨੇ ਸੋ ਵੱਡੀਆਂ ਗੱਲਾਂ ਨੇ ਆਉਣ ਵਾਲੇ ਸਮੇਂ 'ਚ ਬੈਠ ਕੇ ਆਪਣੀ ਪਬਲਿਕ ਨਾਲ ਆਪਣੇ ਸਰੋਤਿਆਂ ਨਾਲ ਆਪਣੇ ਦੋਸਤਾਂ ਨਾਲ ਵਿਚਾਰ ਕਰਾਂਗੇ ਤੁਹਾਡੀ ਐਡਵਾਈਸ ਲਵਾਂਗੇ ਤੁਹਾਨੂੰ ਪੁੱਛਾਂਗੇ ਤੁਹਾਡੇ ਅੱਜ ਦੀ ਆਪਣੇ ਇੰਟਰਵਿਊ ਰਿਕਾਰਡਰ ਹੋਊਗੀ ਨਾ ਹਾਂਜੀ ਹਾਂ ਮੈਂ ਮੁਕਰਨਾ ਤਾਂ ਨਹੀਂ ਮੈਂ ਟਿੱਕਾਸੋਂ ਦਾ ਪੁੱਤਾਂ ਤੇ ਉਸੇ ਦਾ ਰਹਿਣਾ ਮੇਰੀ ਗੱਲ ਯਾਦ ਰੱਖਿਓ ਇੱਥੇ ਜੰਮੇ ਸੀ ਇੱਥੇ ਹੀ ਮਰਨਾ ਹੈ ਇੱਥੇ ਰਾਵਾਂਗੇ ਇੱਥੇ ਖੜਾਂਗੇ ਇਸੇ ਪਬਲਿਕ ਦੇ ਮੁੱਦੇ ਇਸ ਪਬਲਿਕ ਦੇ ਵਿੱਚ ਬਹਿ ਕੇ ਹੱਲ ਕਰਾਂਗੇ ਜੀ ਨਾਲੋਂ ਫਿਰ ਹਾਂਜੀ ਹਾਂਜੀ ਪੂਰੇ ਕਈਕ ਜੀ ਵੀ ਨਾਲ ਹੋ ਤਾਂ ਰਾਜਨੀਤੀ ਜੀ ਹਾਂਜੀ ਹਾਂਜੀ ਸਾਰੀ ਉਮਰ ਦਾ ਸਾਥ ਹੈ ਰਾਜਨੀਤੀ ਜੀ ਕਈ ਵਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਨਹੀਂ 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 ਗਾਇਕ ਜੀ ਦਾ ਪਿਆਰ ਹੀ ਮਿਲਦਾ ਲੋਕਾਂ ਦਾ ਇੱਥੇ ਕਈ ਵਾਰ ਵਿਰੋਧ ਵੀ ਹਾਂਜੀ ਨਹੀਂ ਚਲੋ ਵਿਰੋਧ ਵੀ ਸਾਰਾ ਕੁਝ ਹੀ ਦੇਖਣਾ ਪੈਂਦਾ ਹੈ ਜੇ ਸਾਰੇ ਹੁਣ ਪਿਆਰ ਕਰਨਗੇ ਤੇ ਵਿੱਚ ਵਿਰੋਧ ਕਰਨ ਵਾਲੇ ਵੀ ਹੁੰਦੇ ਆ ਇਹਨਾਂ ਨੂੰ ਬਹੁਤ ਸਾਲ ਹੋ ਗਏ ਲੋਕਾਂ ਨਾਲ ਫਿਰਦੇ ਆ ਕਦੀ ਕਿਸੇ ਨੂੰ ਜਿਤਾ ਕਦੀ ਕਿਸੇ ਨੂੰ ਕਦੀ ਕਿਸੇ ਦੀ ਕੈਂਪੇਨ ਕਰ ਤੇ ਹੁਣ ਆਪਣੇ ਵਾਸਤੇ ਉੱtre ਮੈਂ ਨਾਲਾ ਇਹਨਾਂ ਦੇ ਬਿਲਕੁਲ ਇਹਨੇ ਹਾਕਮ ਬਖਤਰੀ ਸਿੰਘ ਵਾਲਾ ਜਿਹੜੇ ਹੁਣ ਕਲਾਕਾਰੀ ਤੋਂ ਬਾਅਦ ਰਾਜਨੀਤੀ ਦੇ ਵਿੱਚ ਉਤਰੇ ਨੇ ਸੰਗਰੂਰ ਸਭ ਤੋਂ ਹੌਟ ਸੀਟ ਜਿੱਥੇ ਇਹਨਾਂ ਨੇ ਆ ਕੇ ਆਪਣਾ ਨਾਮੀਨੇਸ਼ਨ ਫਾਈਲ ਕਰਨ ਪਹੁੰਚੇ ਨੇ ਤੇ ਇਹੀ ਕਹਿ ਰਹੇ ਨੇ ਕਿ ਹੌਟ ਸੀਟ ਤੋਂ ਹੀ ਅਗਰ ਮੈਂ ਆਉਣਾ ਤਾਂ ਮੁਕਾਬਲੇ ਦੇ ਬਚਾਉਣਾ ਬਾਕੀ ਦੇਖਦੇ ਆ ਕਿ ਕਲਾਕਾਰੀ ਤੇ ਰਾਜਨੀਤੀ ਦਾ ਇੱਕ ਅਲੱਗ ਸਫ਼ਰ ਜਿਹੜਾ ਹੈਗਾ ਉਹ ਹਾਕਮ ਬਖਤਰੀ ਸਿੰਘ ਵਾਲਾ ਕਿਵੇਂ ਤੈਅ ਕਰਦੇ ਨੇ ਚਰਨਜੀਤ ਕੌਸ਼ਲ ਸੰਗਰੂਰ ਤੋਂ న్యూਸ 18 ਪੰਜਾਬ